जीएनजी ਲੈ ਕੇ حاضر ਹੋਏ ਤੁਹਾਡਾ ਪਸੰਦੀਦਾ ਪ੍ਰੋਗਰਾਮ ਸਾਡਾ ਕੀ ਬਣੇਗਾ ਅੱਜ ਅਸੀਂ ਦਾਵਤ ਦਿੱਤੀ ਏ ਇੱਕ ਮੁਲਕ ਦੇ ਮਸ਼ਹੂਰ ਸਿਆਸਤਦਾਨ ਨੂੰ ਇੱਕ ਕਈ ਪਾਰਟੀਆਂ ਹੰਡਾ ਚੁੱਕੇ ਨੇ ਮੇਰੀ ਮੁਲਾਕਾਤ ਇਹਨਾਂ ਦੀ ਕੱਲ ਇੱਕ ਦਾਵਤੀ ਛੋਈ ਮੈਂ ਉਹਨਾਂ ਨੂੰ ਕੋਈ ਨੱਕ ਚੜਿਆ ਜਾਂ ਬੰਦਾ ਸਮਝ ਦਸਾਂ ਪਰ ਇਹ ਬਿਲਕੁਲ ਮੁxtਲਫ ਸਾਬਤ ਹੋਏ ਐਨੇ ਇਨਕਸਾਰ ਨਾਲ ਲੈਣੇ ਚੁੱਕ ਕੇ ਮਿਲੇ कोरोना ने सीन हाथ सीने हाथ लाके सीने ਨਾਲ ਲਾਇਆ ਫਿਰ ਉਹ ਮੁਸਕਰਾਉਂਦੇ ਰਹੇ ਤੇ ਮੁਸਕਰਾਉਂਦੇ ਚਲੇ ਗਏ ਮੈਂ ਉਹਨਾਂ ਦੀ ਇਹ ਸਦਾ ਨੂੰ ਤਸੰਨ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਚਲੋ ਨੂੰ ਸਟੂਡੀਓ ਸਦੀਏ ਤੇ ਮੈਂ ਉਹਨਾਂ ਨੂੰ ਬੁਲਾਇਆ ਜੀ ਐਨਜੀ ਵੈਲਕਮ ਕਰਦੇ ਹਾਂ ਸਰ ਤੁਹਾਨੂੰ ਅਸਲ 'ਚ ਬਹੁਤ-ਬਹੁਤ ਸ਼ੁਕਰੀਆ ਮੈਂ ਤੁਹਾਡਾ ਦਾ ਆਕਰਨਾ ਚਾਹਨਾ ਹੈ ਜ਼ਫਰ ਮਲਕ ਸਾਹਿਬ ਮੈਂ ਖੁਦ ਵੀ ਤੁਹਾਡੇ ਪ੍ਰੋਗਰਾਮ 'ਚ ਆਉਣਾ ਚਾਹਨਾ ਸਾਂ ਜੀ ਔਰ ਤੁਹਾਡੇ ਪ੍ਰੋਗਰਾਮ ਦੇ ਤਵਸਤ ਨਾਲ ਮੈਂ ਚਾਹਨਾ ਹੈ ਕਿ ਆਵਾਮੋਂ ਨਾਸਤਕ ਕੋ ਸਾਡਾ ਜਿਹੜਾ ਨੁਕਤਾ ਨਜ਼ਰ ਉਹ ਪਹੁੰਚ ਜਾਵੇ ਤੇ ਸ਼ੁਕਰੀਆ ਸੱਚ ਜੀ ਤੁਹਾਡਾ ਪਰ ਸ਼ੁਕਰੀਆ ਵੀ ਹੋ ਗਿਆ ਪਰ ਇਹ ਤੇ ਦੱਸੋ ਕਿ ਤੁਸੀਂ ਕਦੀ ਕਿਸੇ ਪਾਰਟੀ 'ਚ ਨਜ਼ਰ ਆਉਂਦੇ ਹੋ ਕਦੀ ਕਿਸੇ ਪਾਰਟੀ 'ਚ ਨਜ਼ਰ ਆਉਂਦੇ ਹੋ ਤੁਸੀਂ ਇੱਕ ਜਗ੍ਹਾ ਤੇ ਟਿੱਕੇ ਬੰਦੇ ਕਿਉਂ ਨਹੀਂ ਮਲਕ ਸਾਹਿਬ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਔਰ ਇਹ ਸਵਾਲ ਜਿਹੜਾ ਹੈ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਵਿੱਚ ਹੋ ਸਕਦਾ ਵੇਖੋ ਹੁੰਦਾ ਇਸ ਤਰ੍ਹਾਂ ਕਿ ਜਦੋਂ ਮੈਨੂੰ ਕਿਸੇ ਪਾਰਟੀ ਦਾ ਮਨਸ਼ੂਰ ਚੰਗਾ ਲੱਗਦਾ ਹੈ ਔਰ ਉਸ ਮਨਸ਼ੂਰ ਦੇ ਵਜ੍ਹਾ ਤੋਂ ਮੈਂ ਸਮਝਦਾ ਨਾ ਕਿ ਇਹ ਮੁਲਕ ਦੇ ਵਸੀਅ ਤਰਮਫਾਦ ਦੇ ਵਿੱਚ ਬਿਲਕੁਲ ਠੀਕ ਹੈ ਉਸ ਵੇਲੇ ਫਿਰ ਮੈਂ ਇਹ ਨਹੀਂ ਦੇਖਦਾ ਪਾਰਟੀ ਫਿਰ ਮੇਰੇ ਵਾਸਤੇ ਮੈਟਰ ਨਹੀਂ ਕਰਦੀ ਚੰਗਾ ਮਨਸ਼ੂਰ ਅਗਰ ਮੁਲਕ ਵਾਸਤੇ ਠੀਕ ਹੈ ਫਿਰ ਮੈਂ ਪਾਰਟੀ ਬਦਲ ਲੈਂਦਾ ਭਾਜੀ ਪਾਰਟੀ ਸੀ ਬਦਲ ਲਈ ਪਰ ਇਹ ਤੇ ਦੱਸੋ ਇਸ ਮਨਸ਼ੂਰ ਦੇ ਨਾਲ ਕਿਸੇ ਲਫਾਫੇ ਦਾ ਤੜਕਾ ਤੁੜਕਾ ਵੀ ਲੱਗਿਆ ਹੁੰਦਾ ਜ਼ਫਰ ਮਲਕ ਸਾਹਿਬ ਉਹ ਜਨਾਬੇ ਆਲੀ ਜਿੰਨੇ ਮੂੰਹ ਨੀਆਂ ਗੱਲਾਂ ਬੜੀਆਂ ਆ ਜੇ ਇਹ ਟੀਵੀ ਤੇ ਤੁਹਾਡੇ ਮੋਬਾਈਲ ਫੋਨ ਦੇ ਨਾਲ ਲੋਕਾਂ ਦੇ ਦਿਮਾਗਾ 'ਚ ਹਰੇ ਕੀ ਕੀ ਪਾਛੜਿਆ ਔਰ ਹਰੇ ਕੀ ਕੀ ਸੋਚਦੇ ਨੇ ਸਾਡੇ ਬਾਰੇ 'ਚ ਪਰ ਸੱਚੀ ਗੱਲ ਇਹ ਹੀ ਜੇ ਮੁਲਕ ਦੇ وسیਹ ਤਰ ਮਫਾਦ ਦੇ ਖਾਤਰ ਅੱਛਾ ਬੜੇ ਕੜਵੇ ਤੇ ਔਖੇ ਫੈਸਲੇ ਸਾਨੂੰ ਲੈਣੇ ਪੈਂਦੇ ਨੇ ਅੱਛਾ ਇਹ ਮੁਲਕ ਦੇ ਮਫੀ ਬਫਾਦ ਕੀ وسیਹ ਤਰ ਮਫਾਦ ਦੇ ਵਿੱਚ ਤੁਸੀਂ ਫੈਸਲੇ ਲੈਂਦੇ ਹੋ ਤੇ ਮੁਲਕ ਦਾ ਇਹ ਹਾਲ ਹੋਇਆ ਪਿਆ ਹੈ ਜੀ ਓਹੋ ਜਿਹੜੀ ਤੁਸੀਂ ਹਾਲ ਵਾਲੀ ਗੱਲ ਕੀਤੀ ਨਾ ਮੁਲਕ ਦਾ ਹਾਲ ਕਿਉਂ ਖਰਾਬ ਹੈ ਮੈਂ ਨੂੰ ਥੋੜਾ ਜਿਆ ਐਕਸਪਲੇਨ ਕਰਨਾ ਚਾਹਨਾ ਹੈ ਦੇਖੋ ਗੱਲ ਇਸ ਰਾਏ ਹਰ ਬੰਦੇ ਦੀ ਇੱਕ ਡਿਊਟੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਅੱਛਾ ਉਹ ਕੋ ਕੰਮ ਹੀ ਅਗਰ ਲਿਆ ਜਾਏ ਜਿਹੜਾ ਕਰ ਸਕਦਾ ਹੈ ਤੇ ਉਹ ਬਿਹਤਰ ਹੁੰਦਾ ਅੱਛਾ ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਡਾਕਟਰ ਕੋ ਜਾਓ ਜੀ ਤੇ ਜਾ ਕੇ ਡਾਕਟਰ ਨੂੰ ਆਖੋ ਕਿ ਭਾਜਨ ਮੇਰੀ ਗੱਡੀ ਦਾ ਪਲੱਗ ਸਾਫ਼ ਕਰ ਦੇ ਤੇ ਉਹ ਆਖੇਗਾ ਤੇਰੇ ਦਿਮਾਗ 'ਚ ਕੋਈ ਨੁਕਸੇ ਕੋ ਬੇ ਕੋਪਰੇਸ਼ਨ ਕਰਾਣਾ ਮੈਂ ਕੋ ਮਕੈਨਿਕ ਥੋੜਾ ਇਸੇ ਤਰ੍ਹਾਂ ਕਈ ਵਾਰੀ ਤੁਸੀਂ ਕਿਸੇ ਜੁੰਮੀ ਕੋ ਜਾਂਦੇ ਜੀ ਹੂੰ ਜਾ ਕੇ ਉਹਨੂੰ ਹੱਥ ਵਖਾੰਦੇ ਜੀ ਤੈਨੂੰ ਕਹਿੰਦੇ ਯਾਰ ਕੋ ਦੱਸ ਮੇਰਾ ਕੀ ਬਣੇਗਾ ਤੇ ਉਹ ਹੱਥ ਵੇਖ ਕੇ ਦੱਸਦਾ ਕਿ ਮਸਤਕਬਲ ਦੀ ਵੀ ਇੱਕ ਦੋ ਖੁਸ਼ਖਬਰੀ ਸੁਣਾ ਦਿੰਦਾ ਹਾਲ ਉਹ ਵੀ ਠੀਕ ਨਹੀਂ ਕਰ ਸਕਦਾ ਕਿਉਂਕਿ ਉਹਦੀ ਜ਼ਿੰਮੇਵਾਰੀ ਚ ਹਾਲ ਠੀਕ ਕਰਨਾ ਹੈ ਹੀ ਨਹੀਂ ਇਸੇ ਤਰ੍ਹਾਂ ਬਾਈ ਨੇ ਹੀ ਜਿਸ ਤਰ੍ਹਾਂ ਜੋਮੀ ਮਸਤਕਬਲ ਦੀ ਖੁਸ਼ਖਬਰੀ ਦਿੰਦਾ ਅਸੀਂ ਮਸਤਕਬਲ ਦੀ ਪਲੈਨਿੰਗ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਅਗਲੇ 50 ਸਾਲਾਂ ਚ 10 ਸਾਲਾਂ ਚ ਅਸੀਂ ਤੁਹਾਡੇ ਵਾਸਤੇ ਕੀ ਕਰਨਾ ਹੈ ਹਾਲਾਸੀ ਠੀਕ ਨਹੀਂ ਕਰ ਸਕਦੇ ਸਾਡੀ ਜਾਬ ਹੀ ਨਹੀਂ ਇਹ ਸਾਡੀ ਦੀ ਮਦਾਰੀ ਨਹੀਂ ਹੈਗੀ ਵਾ 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 ਇਹ ਹੁਣ ਮੁਸਤਕਬਿਲ ਆ ਗਿਆ ਵਿੱਚ ਇਹ ਤੁਸੀਂ ਕੋਈ ਨਵੀਂ ਗੋਲੀ ਇਹਦੇ ਵਿੱਚ ਦਿੱਤੀ ਹੈ ਸਾਨੂੰ ਚੂਸਣ ਲਈ ਲਓ ਜੀ ਭਾਜੀ ਹੋਰ ਚੁੱਪੋ ਪਹਿਲੀ ਗੱਲ ਹੋਈ ਨਾ ਕੀ ਕਹਿੰਦੇ ਹੋ ਇਹਦੇ ਬਾਰੇ ਅਬ ਮੁਸਤਕਬਲ ਦੇਖੋ ਮੁਸਤਕਬਲ ਦੀ ਤੁਸੀਂ ਐਵੇਂ ਦਾ ਨਾ ਗੋਲੀ ਰੱਖ ਦਿੱਤਾ ਹੈ ਹਾਂ ਗੋਲੀ ਹੈਗੀ ਨਾ ਇਹਦੇ ਇਸ ਮੁਸਤਕਬਲ ਦੀ ਗੋਲੀ ਦਾ ਨਾਂ ਕੀ ਹੈ ਭਾਜੀ ਇਹਦਾ ਨਾਂ ਹੈ ਉਮੀਦ ਓਏ ਹੋਪ ਬਿਲਕੁਲ ਉਮੀਦ ਵਾ 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 ਭਾਜੀ ਅਸੀਂ ਉਮੀਦ ਕਿਹਦੇ ਨਾਲ ਖਾਈਏ ਉਮੀਦ ਨੂੰ ਸਮਝਣਾ ਪੈਣਾ ਉਮੀਦ ਹੁੰਦੀ ਕੀ ਹੈ ਓ ਕੀ ਹੈ ਵੇਖੋ ਇੱਕ ਬੰਦਾ ਸੀ ਜੀ ਗੱਲ ਨੂੰ ਉਹਦਾ ਧਿਆਨ ਨਾ ਸੁਣਨਾ ਜੀ 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 ਉਹਨੇ ਕਿਸੇ ਬੰਦੇ ਨੂੰ 400 ਰੁਪਇਆ ਹਦਾਰਾ ਦੇ ਦਿੱਤਾ ਹੂੰ ਉਹੜ ਵਾਪਸ ਹੀ ਨਾ ਕਰੇ ਜੀ ਉਹ ਜਦੋਂ ਮੰਗਿਓ ਕੋ ਲਾਰਾ ਲਾ ਦਵੇ ਨਾ ਵੀ ਨਾ ਕਰੇ ਉਮੀਦ ਵੀ ਨਾ ਤੋੜੇ ਉਹਦੀ ਖੀਰ ਸਾਲ ਲੰਘ ਗਿਆ ਇੱਕਦਮ ਬੜੇ ਗੁੱਸੇ ਚ ਗਿਆ ਉਹਨੇ ਬੁਆ ਖੜਕਾਇਆ ਬਾਹਰ ਨਿਕਲ ਮੇਰੇ ਪੈਸੇ ਕੱਢ ਹੂੰ ਉਹਨੇ ਜੇਬ ਚ ਹੱਥ ਪਾਇਆ ਤੇ ਵਿੱਚੋਂ 4 ਰੁਪਏ ਨਿਕਲੇ ਉਹਨੇ 4 ਰੁਪਏ ਦਿੱਤੇ ਨਾਲ ਇੱਕ ਸ਼ੇਰ ਆਖਿਆ ਸ਼ੇਰ ਵੀ ਕਹਿੰਦਾ ਉਹਨੇ ਸ਼ੇਰ ਕਿਹਾ ਕਿ ਬਣਤੇ ਹਾਂ ਤੇਰੇ 400 ਹਾਂ ਫਿਲਹਾਲ 4 ਰੱਖ ਰੱਖ ਚੱਲ ਬਣਤੇ ਹਾਂ ਤੇਰੇ 400 400 ਫਿਲਹਾਲ 4 ਰੱਖ ਪਵਸਤਾ ਰਹਿ ਸ਼ਜਰ ਸੇ ਉਮੀਦੇ ਬਹਾਰ ਰੱਖ ਇਹ ਜੋ ਐਡੀ ਉਮੀਦੇ ਬਹਾਰ ਹੈ ਨਾ ਇਹ ਹੀ ਟੁੱਟਾ ਨਹੀਂ ਦਿੰਦੇ ਯਾਰ ਉਹ ਇਸ ਉਮੀਦੇ ਬਹਾਰ ਦੀ ਵਜ੍ਹਾ ਨਾਲ ਜਾ ਰਹੇ ਨਾ ਤੁਹਾਡੀਆਂ ਗੱਲਾਂ ਇਹੋ ਜਿਹੀ ਗੱਲਾਂ ਦੇ ਨਾਲ ਨਾ ਸਾਰੀ ਦੁਨੀਆ ਦਾ ਮਸਤਕਬਲ ਤੇ ਬਿਲਕੁਲ ਤਾਰੀਖ ਕਰ ਛੱਡਿਆ ਤੁਸੀਂ ਮੁਲਕ ਸਾਹਿਬ ਨੂੰ ਤੁਹਾਡੀਆਂ ਗੱਲਾਂ ਤੋਂ ਮਜੂਸੀ ਟਪਕਦੀ ਹੋਏ ਬਸੂਸ ਹੋ ਰਹੀ ਹੈ ਤੁਸੀਂ ਮੈਨੂੰ ਮਜੂਸ ਲੱਗ ਰਹੇ ਹੋ ਤੇ ਮਜੂਸ ਹੋਈ ਹੋ ਵੀ ਨਾ ਇਹਨਾਂ ਗੱਲਾਂ ਦੇ ਨਾਲ ਕਿ ਕਮਾਲ ਗੱਲ ਕਰਦੇ ਹੋ ਤੁਸੀਂ ਵੇਖੋ ਨਾ ਜਹਾਂ ਦੀ ਦਾ ਇਨਸਾਨ ਹੋ ਹਾਂਜੀ ਪੜੇ ਲਿਖੇ ਵੀ ਹੋ ਜੀ ਵੇਖੋ ਭਾਈ ਨੰ ਤੈਨੂੰ ਪਤਾ ਹੋਣਾ ਚਾਹੀਦਾ ਮਜੂਸੀ ਕੁਫਰ ਹੈ ਹਾ 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 ਖਲੋ ਜਾ ਨਾ ਇੱਥੇ ਖਲੋ ਜਾ ਇੱਥੇ ਹੀ ਖਲੋ ਜਾ ਉਹ ਫੁਰਤੀਆਂ ਤੁਹਾਡੀਆਂ ਚਲਾਕੀਆਂ ਤੁਹਾਡੀਆਂ ਕਾਰਵਾਈਆਂ ਤੁਹਾਡੀਆਂ ਤੇ ਕੁਫਰ ਵਿਚਾਰੀਆਂ ਸਾਰਾ ਕੁਫਰ ਸਾਡੇ ਦੇ ਪਾਸਤਾ ਜੇ ਉਹ ਵੇਖੋ ਗੱਲ ਇਸ ਤਰ੍ਹਾਂ ਕਿ عوام ਨਾਸ ਜਿਹੜੀ ਹੈ ਉਹ ਆਜ਼ਾਦ ਹੈ ਚਲੋ ਇਸ ਆਜ਼ਾਦੀ ਦੇ ਨਾਲ ਉਹ ਚਾਹੇ tmpobjਸ ਹੋ ਸਕਦੀ ਹੈ ਪਰ ਅਸੀਂ ਆਜ਼ਾਦ ਨਹੀਂ ਹੈਗੇ ਨਾ ਅਸੀਂ ਮਯੂਸ ਨਹੀਂ ਹੋ ਸਕਦੇ ਕਦੀ ਇਸ ਕਿਸੇ ਸਿਆਸਤਦਾਨ ਨੂੰ ਮਯੂਸ ਵੇਖਿਆ ਜੀ ਨਹੀਂ ਉਹ ਨਹੀਂ ਹੁੰਦਾ ਨਾ ਉਹਨੇ ਮੁਲਕ ਸੰਭਾਲਣਾ ਉਹਨੇ ਮੁਲਕ ਦੀ ਤਰੱਕੀ ਆਸਤੇ ਕੰਮ ਕਰਨਾ ਪਲਾਨਗਾਂ ਕਰਨੀਆਂ ਉਹ ਕਿਵੇਂ ਮਯੂਸ ਹੋਵੇ ਤੁਸੀਂ ਹੋ ਸਕਦੇ ਹੋ ਸਾਨੂੰ ਇਜਾਜ਼ਤ ਦੇ ਨਹੀਂ ਆ ਮਯੂਸ ਹੋਂਦੇ ਤੁਸੀਂ ਮਯੂਸ ਨਹੀਂ ਹੁੰਦੇ ਪਰ ਮੁਲਕ ਤਬਾਹ ਉਹ ਬਰਬਾਦ ਕਰ ਛੱਡਦੇ ਹੋ ਹਾਂ ਕਮਾਲ ਕਰੋ ਯਾਰ ਨਾ 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 ਇਹ ਵੀ ਵੇਖੋ ਹੁਣ ਤੁਹਾਡੀ ਗਲਤਫਹਮੀ ਮੈਂ ਦੂਰ ਕਰਾਂ ਹੂੰ ਬਹੁਤ ਸਾਰੇ ਲੋਕ ਇਦਾਂ ਇਤفاق ਕਰਨਗੇ ਤੁਸੀਂ ਵੀ ਕਰੋਗੇ ਵੇਖਣਾ ਭਾਵੇਂ ਇਹ ਦੱਸੋ ਮੈਨੂੰ ਹਰ ਬੰਦੇ ਵਾਸਤੇ ਉਹਦਾ ਘਰ ਉਹਦਾ ਮੁਲਕ ਹੁੰਦਾ ਹੁੰਦਾ ਇਸ ਹਿਸਾਬ ਨਾਲ ਮੇਰਾ ਮੁਲਕ ਬਹੁਤ ਖੁਸ਼ਹਾਲ ਹੈ ਅੱਛਾ ਤੁਹਾਡਾ ਮੁਲਕ ਬਹੁਤ ਖੁਸ਼ਹਾਲ ਹੈ ਯਾਨੀ ਤੁਹਾਡਾ ਘਰ ਬਹੁਤ ਖੁਸ਼ਹਾਲ ਹੋਇਆ ਨਾ ਤੁਸੀਂ ਇਹ ਕਹਿ ਰਹੇ ਹੋ ਇਹੀ ਸਮਝ ਲਓ ਹਾਲਾਤ ਤੁਹਾਡੇ ਠੀਕ ਹੋ ਗਏ ਤੇ ਮੁਲਕ ਦੇ ਹਾਲਾਤ ਬਰਬਾਦ ਹੋ ਗਏ ਭਾਜੀ ਅਸੀਂ ਹੁਣ ਕੀ ਕਰੀਏ ਹਰ ਬੰਦੇ ਆਸੇ ਉਹਦਾ ਘਰ ਉਹਦਾ ਮੁਲਕ ਹੀ ਹੁੰਦਾ ਠੀਕ ਹੈ ਮੰਨ ਗਿਆ ਹੁਣ ਸਾਡਾ ਘਰ ਕੌਣ ਠੀਕ ਕਰੇਗਾ ਫਾਤੀਨ ਹਜ਼ਰਤ ਇਹਨਾਂ ਨੇ ਤੇ ਇਹਨਾਂ ਕੋਲ ਅਸੀਂ ਸੱਚੀ ਗੱਲ ਕਢਵਾਈ ਲਈ ਜੇ ਇਹਨਾਂ ਨੇ ਸਾਡੇ ਹਾਲਾਤ ਠੀਕ ਨਹੀਂ ਕਰਨੇ ਤੁਸੀਂ ਇਹਨਾਂ ਨੂੰ ਨਾ ਪੁੱਛੋ ਸਾਡਾ ਕੀ ਬਣੇਗਾ